ਜਿੱਥੇ ਇੱਕ ਪਾਸੇ ਕੈਪਟਨ ਸਰਕਾਰ ਫਸਲ ਦੀ ਖਰੀਦ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਗਰਾਊਂਡ ਜ਼ੀਰੋ ਦੀ ਗੱਲ ਕਰੀਏ ਤਾਂ ਕਿਸਾਨ ਦੀ ਫਸਲ ਮੰਡੀਆਂ ਵਿੱਚ ਰੁਲ ਰਹੀ ਹੈ। ਕਿਸਾਨ ਕਦੇ ਸਰਕਾਰ ਦੀ ਲਾਪਰਵਾਹੀ ਦਾ ਸ਼ਿਕਾਰ ਹੁੰਦਾ ਹੈ ਅਤੇ ਕਦੇ ਮੌਸਮ ਦੀ ਬੇਈਮਾਨੀ ਦਾ। ਇਸੇ ਦੇ ਚੱਲਦੇ ਅੱਜ ਰੂਪਨਗਰ ਦੀ ਅਨਾਜ ਮੰਡੀ 'ਚ ਪਰੇਸ਼ਾਨ ਹੋ ਰਹੇ ਕਿਸਾਨਾਂ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਵਾਰਤਾ ਕੀਤੀ। ਇਸੇ ਦੌਰਾਨ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਕਿਸਾਨਾਂ ਦੀ ਸਾਰੀ ਪਰੇਸ਼ਾਨੀ ਦਾ ਜ਼ਿੰਮੇਵਾਰ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਹੈ। ਭਾਰਤ ਭੂਸ਼ਣ ਆਸ਼ੂ 'ਤੇ ਦੋਸ਼ ਲਗਾਉਂਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਫੂਡ ਸਪਲਾਈ ਮੰਤਰੀ ਨੇ ਬਾਰਦਾਨੇ 'ਚ ਵੱਡੀ ਪੱਧਰ 'ਤੇ ਕਰਪਸ਼ਨ ਕੀਤੀ ਹੈ। ਇਸ ਦੇ ਨਾਲ ਹੀ ਡਾਕਟਰ ਚੀਮਾ ਨੇ ਕੋਰੋਨਾ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ BJP ਸਮੇਤ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਸ਼ਬਦੀ ਹਮਲੇ ਕੀਤੇ ਨੇ। ਹੋਰ ਕੀ ਕੁਝ ਕਿਹਾ ਡਾਕਟਰ ਚੀਮਾ ਨੇ, ਤੁਸੀਂ ਵੀ ਸੁਣੋ। ਇਸ ਵੇਲੇ ਜੋ ਕਿਸਾਨੀ ਦੀ ਹਾਲਤ ਹੈ ਸਾਰੇ ਪੰਜਾਬ ਦੀ ਮੈਂ ਗੱਲ ਕਰ ਰਿਹਾ ਕਿ ਤਿੰਨ ਮੇਜਰ ਸਮੱਸਿਆ ਜਿਹੜੀਆਂ ਨੇ ਉਹ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ। ਸਾਡੇ ਰੋਪੜ ਦੀਆਂ ਵੀ ਜ਼ਿਆਦਾਤਰ ਮੰਡੀਆਂ ਦੇ ਵਿੱਚ ਸੇਮ ਕੰਡੀਸ਼ਨ। ਪਹਿਲੀ ਤਾਂ ਇਹ ਕਿ ਬਾਰਦਾਨੇ ਦੀ ਬਹੁਤ ਵੱਡੀ ਦਿੱਕਤ ਹੈ। ਦੂਸਰੀ ਹੈ ਕਿ ਲਿਫਟਿੰਗ ਦੀ ਬਹੁਤ ਵੱਡੀ ਦਿੱਕਤ ਹੈ। ਔਰ ਤੀਜੀ ਜਿਹੜੀ ਹੈ, ਜਿੱਥੇ ਵਿਕ ਚੁੱਕੀ ਹੈ ਜਿਨਸ ਉੱਥੇ ਪੇਮੈਂਟ ਦੀ ਉਸ ਤੋਂ ਵੀ ਵੱਡੀ ਦਿੱਕਤ ਹੈ। ਹੁਣ ਪ੍ਰੋਕਿਓਰਮੈਂਟ ਦੇ ਵਿੱਚ ਤਿੰਨ ਹੀ ਸਟੈਪ ਹੁੰਦੇ ਮੇਨ, ਔਰ ਤਿੰਨਾਂ ਦੇ ਉੱਤੇ ਮੈਂ ਕਹਿ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਗੌਰਮੈਂਟ ਹੈ ਬੜੀ ਮੇਜਰੇਬਲੀ ਫੇਲ ਹੋਈ ਹੈ। ਔਰ ਇਹ ਜਿਹੜੀ ਸਮੱਸਿਆ ਹੈ, ਇਹ ਨਹੀਂ ਕਿ ਸਾਹਿਬਨ ਕੋਈ ਸਮੱਸਿਆ ਖੜੀ ਹੋ ਗਈ, ਇਹ ਕਰਪਸ਼ਨ ਦਾ ਇਸ਼ੂ ਹੈ ਬਹੁਤ ਵੱਡਾ। ਔਰ ਜਾਣ ਬੁੱਝ ਕੇ ਜਿਹੜੀ ਹੈ ਸਿਸਟਮੈਟਿਕ ਤਰੀਕੇ ਦੇ ਨਾਲ ਬਾਰਦਾਨੇ ਦੀ ਸ਼ੋਰਟੇਜ ਕ੍ਰੀਏਟ ਕੀਤੀ ਗਈ, ਕਿਉਂਕਿ ਸਾਡੇ ਵੇਲੇ ਵੀ ਸਾਨੂੰ ਯਾਦ ਹੈ ਕਿ ਚਾਰ ਚਾਰ ਮਹੀਨੇ ਪਹਿਲਾਂ ਜਿਹੜਾ ਜੂਟ ਬੈਗਸ ਦੇ ਜਿਹੜੇ ਆ ਉਹ ਸਪਲਾਈ ਪਹੁੰਚ ਜਾਂਦੀ ਸੀ ਸੀਜ਼ਨ ਤੋਂ ਪਹਿਲਾਂ। ਜਿਹੜੇ ਜੂਟ ਬੈਗ ਦੀ ਪਰਚੇਜ ਹੈ ਇਹਦਾ ਕੋਈ ਜ਼ਿਆਦਾ ਦਿੱਕਤ ਨਹੀਂ ਹੁੰਦੀ, ਕਿਉਂਕਿ ਗਵਰਨਮੈਂਟ ਆਫ ਇੰਡੀਆ ਇਹਦਾ ਰੇਟ ਫਿਕਸ ਕਰ ਦਿੰਦੀ ਹੈ। ਸਟੇਟਾਂ ਨੇ ਸਿਰਫ ਕੋਆਰਡੀਨੇਟ ਕਰਨਾ ਹੁੰਦਾ ਕਿ ਤੁਸੀਂ ਕਿੰਨੀ ਸਪਲਾਈ ਚਾਹੀਦੀ ਹੈ। ਇਸ ਕਰਕੇ ਜਿੱਥੇ ਤੁਹਾਨੂੰ ਕੋਈ ਟੈਂਡਰਿੰਗ ਨਾ ਕਰਨੀ ਪਵੇ, ਕੋਈ ਵੱਖਰਾ ਹੋਰ ਕੰਮ ਨਾ ਕਰਨਾ ਪਵੇ, ਉੱਥੇ ਗਵਰਨਮੈਂਟ ਨੂੰ ਪਰਚੇਜ ਕਰਨੀ ਸਭ ਤੋਂ ਸੌਖੀ ਹੁੰਦੀ। ਗਵਰਨਮੈਂਟ ਆਫ ਇੰਡੀਆ ਦੇ ਰੇਟ ਫਿਕਸ ਹੁੰਦੇ ਆ, ਤੁਸੀਂ ਸਿਰਫ ਕੋਆਰਡੀਨੇਸ਼ਨ ਕਰਕੇ ਕਿ ਸਾਨੂੰ ਇੰਨੀ ਇੰਨੀ ਸਪਲਾਈ ਚਾਹੀਦੀ ਹੈ, ਅਤੇ ਚਾਰ ਚਾਰ ਮਹੀਨੇ ਪਹਿਲਾਂ ਜਿਹੜੇ ਆ ਉਹ ਸਪਲਾਈ ਸਾਡੇ ਪਹੁੰਚ ਜਾਂਦੀ ਸੀ, ਕਦੀ ਵੀ ਬਾਰਦਾਨੇ ਦੀ ਇਸ ਤਰ੍ਹਾਂ ਦਿੱਕਤ ਨਹੀਂ ਆਉਂਦੀ ਸੀ। ਪਰ ਇਸ ਵਾਰੀ ਜਾਣ ਬੁੱਝ ਕੇ ਸਕਾਰਸਿਟੀ ਕ੍ਰੀਏਟ ਕੀਤੀ ਗਈ। ਔਰ ਮੈਂ ਕਹਿ ਸਕਦਾ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਮਿਨਿਸਟਰ ਹੈ ਉਹ ਸਿੱਧੇ ਤੌਰ 'ਤੇ ਇਸ ਕ੍ਰਿਮੀਨਲ ਜਿਹੜੀ ਕੌਨਸਪਰੇਸੀ ਹੈ ਇਹਦੇ ਵਾਸਤੇ ਜ਼ਿੰਮੇਵਾਰ ਹੈ। ਲਾਸਟ ਮੂਮੈਂਟ ਤੱਕ ਸਕਾਰਸਿਟੀ ਕ੍ਰੀਏਟ ਕੀਤੀ ਗਈ, ਘਾਟ ਕ੍ਰੀਏਟ ਕੀਤੀ ਗਈ ਤਾਂ ਜੋ ਲੋਕਲ ਪਰਚੇਜ ਜਿਹੜੀ PPE ਬੈਗਸ ਦੀ ਹੈ, ਪਲਾਸਟਿਕ ਦੇ ਬੈਗ ਜਿਹੜੇ ਆ, ਇਹ ਕੀਤੀ ਜਾ ਸਕੇ। ਕਿਉਂਕਿ ਰੂਟੀਨ 'ਚ ਤੁਸੀਂ ਨਹੀਂ ਪਰਚੇਜ ਕਰ ਸਕਦੇ, ਜਦੋਂ ਪਤਾ ਤੁਹਾਨੂੰ ਜੂਟ ਬੈਗਸ ਅਵੇਲੇਬਲ ਹੈ ਉਹ ਤੁਹਾਨੂੰ ਉਹਦਾ ਰੇਟ ਤੁਸੀਂ ਚੇਂਜ ਨਹੀਂ ਸੀ ਕਰ ਸਕਦੇ, ਅਤੇ ਤੁਸੀਂ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਕਿ ਅਖੀਰ ਤੱਕ ਉਹਦਾ ਆਰਡਰ ਨਾਲ ਟਾਈਮਲੀ ਪਲੇਸ ਕਰੋ, ਅਤੇ ਫਿਰ ਕਹੋ ਜੀ ਹੁਣ ਹੋਰ ਕੋਈ ਚਾਰਾ ਨਹੀਂ, ਅਤੇ ਹੁਣ ਸਾਨੂੰ ਲੋਕਲ ਮਾਰਕੀਟ ਦੇ ਵਿੱਚੋਂ ਪਲਾਸਟਿਕ ਦੇ ਬੈਗ ਖਰੀਦਣੇ ਪੈਣੇ ਆ, ਕਿਉਂਕਿ ਉਹਦੇ ਵਿੱਚ ਕਮਿਸ਼ਨ ਮਿਲਦੀ ਹੈ, ਵੱਡੀ ਕਰਪਸ਼ਨ ਹੁੰਦੀ ਆ। ਤੁਸੀਂ ਜਾਣਦੇ ਹੋ ਕਿ ਜਿਹੜੀਆਂ ਲੋਕਲ ਲੈਵਲ ਦੇ ਉੱਤੇ ਐਮਰਜੈਂਸੀ ਪਰਚੇਜਸ ਹੁੰਦੀਆਂ ਨੇ ਉਹਦੇ ਵਿੱਚ ਕਿੱਡੇ ਕਿੱਡੇ ਵੱਡੇ ਜਿਹੜੇ ਆ ਉਹ ਕੱਪੜੇ ਜਿਹੜੇ ਆ ਉਹ ਕੀਤੇ ਜਾਂਦੇ। ਇਸ ਕਰਕੇ ਇਹ ਗੌਰਮੈਂਟ ਦੀ ਸੈਲਫ ਕ੍ਰੀਏਟਡ ਸਮੱਸਿਆ, ਔਰ ਮੈਂ ਮੰਗ ਕਰਦਾ ਕਿ ਇਹਦੀ ਹਾਈ ਲੈਵਲ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਔਰ ਉਸ ਤੋਂ ਪਹਿਲਾਂ ਜਿਹੜੇ ਮੰਤਰੀ ਨੇ ਆਸ਼ੂ ਜੀ ਉਹਨੂੰ ਹਟਾਉਣਾ ਚਾਹੀਦਾ। ਇਹ ਤਾਂ ਇੱਥੇ ਦੀ ਬੋਰੀਆਂ ਵਾਲੀ ਪਾ ਰਹੇ, ਦਿੱਲੀ 'ਚ ਕਿਸੇ ਨੂੰ ਸਾਹ ਨਹੀਂ ਮਿਲਦਾ ਪਿਆ, ਆਕਸੀਜਨ ਨਹੀਂ ਮਿਲਦੀ ਪਈ, ਅਤੇ ਕੇਜਰੀਵਾਲ ਦੇਖੋ ਕਿੰਨੀਆਂ ਸੋਹਣੀਆਂ ਫੋਟੋ ਰੋਜ਼ ਪਾਉਂਦਾ। ਇਹ ਤਾਂ ਲੋਕਾਂ ਦੇ ਪੈਸੇ 'ਤੇ ਫੋਟੋ ਪੈਂਦੀਆਂ ਪਈਆਂ। ਅੱਜ ਵੀ ਮੁੱਖ ਮੰਤਰੀ ਸਾਹਿਬ ਸਾਡਿਆਂ ਦੀ ਵੀ ਬੜੀ ਵਧੀਆ ਛਪੀ ਆ ਕਿ ਪ੍ਰੋਕਿਓਰਮੈਂਟ ਵਾਸਤੇ ਸਾਰੇ ਪ੍ਰਬੰਧ ਕਰ ਦਿੱਤੇ ਗਏ। ਇਹ ਦੋਹਰੀ ਵਾਰ ਸਾਨੂੰ ਮਾਰ ਰਿਹਾ, ਸਾਡਾ ਹੀ ਪੈਸਾ, ਸਾਡੀਆਂ ਹੀ ਜੁੱਤੀਆਂ, ਸਾਡਾ ਹੀ ਸਿਰ। ਵੀ ਇੱਕ ਤਾਂ ਇੱਥੇ ਬੰਦਾ ਵੈਸੇ ਮੰਡੀ 'ਚ ਬੈਠਾ ਦੁਖੀ ਆ, ਇੱਕ ਜਦੋਂ ਅਖਬਾਰ ਖੋਲ੍ਹਦਾ ਉੱਥੇ ਮੁੱਖ ਮੰਤਰੀ ਸਾਹਿਬ ਦੇ ਦਰਸ਼ਨ ਕਰਦਾ ਅਤੇ ਨਾਲ ਲਿਖਿਆ ਹੁੰਦਾ ਜੀ ਸਾਰੇ ਪ੍ਰਬੰਧ ਮੁਕੰਮਲ, ਅਤੇ ਵਿਚਾਰਾ ਆਪਣੀ ਢੇਰੀ ਵਾਲੀ ਝਾਤੀ ਮਾਰਦਾ ਅਤੇ ਉਹਦੀਆਂ ਅੱਖਾਂ 'ਚੋਂ ਉੱਥੋਂ ਨਿਕਲ ਆਉਂਦੇ।
इस करके तो साढ़े ही पैसे तो मिसयूज कर रहे घट्टो घट जे सरकारी कोई किसी ने ऐड देनी है तो सच तो हो जो पब्लिक का पैसा खर्चना है तो सच्ची गलते खर्चो झूठ न जोड़ा लोगों की मुश्किल है उन्होंने तुम दबाने वास्ते उन्होंने पैसा लोगों से लाओ ये बिल्कुल अनएथिकल। करोना की जी मैनेजमेंट है शुरू तो ही सवालों के घेरे चाहे गवर्नमेंट ऑफ इंडिया की सी चाहे स्टेट गवर्नमेंटा की सी इन गवर्नमेंटा ने अपन कमजोरियां कोरोना के छुपा का जोड़ा एक बड़ा वधिया हथकंडा लभ लिया भी लोगों के राइट जे कर्म करने हो सब तो वधिया तरीका है कि तुम करोना के आड़ उन्होंने राइट्स नूं कर्म करो। जदों पहला लॉकडाउन जिहड़ा 60 दिन तो वध लग्या सी उन्हें साबित कर दिता कि कल्ला लॉकडाउन नाल कोई फर्क नहीं पैंदा ते हुण फिर तुसीं लोकां दी आर्थिकता नूं तबाह करन वाले पासे क्यों तुरे हो की लॉजिक है नाइट करफ्यू का मैं पूछना चाहुंदा जिहड़ा मर्जी मुख्यमंत्री मेरे नाल बहस कर लो लॉजिक की है वीकेंड रद्द दा आ जिहड़ी पैनिक क्रिएट कीती चंडीगढ़ एडमिनिस्ट्रेशन ने लॉकडाउन ला के दिल्ली ने आ देखो हुण लखां दी गिनती दे विच मजदूर जिहड़े आ फिर पलायन करन लग गए कि इहदे नाल करोना नहीं वधेगा उन्हां दी आर्थिकता तुसीं तबाह करी जांदे हो। जिहड़ी लोड़ सी हस्पतालां दे उत्ते ऑक्सीजन दे उत्ते कंसंट्रेट करन दी क्यों ऑक्सीजन दी घाट आउणी शुरू होई है इन्होंने क्यों नहीं प्लानिंग की इन्हां दा काम नहीं सी टर्शरी केयर हस्पतालां दी बैटर होवे कि जिहड़े 2% पेशेंट गंभीर हुंदे आ उन्हां दा इलाज चंगी तरह होवे है कितें प्रबंध कितें नहीं ਜਦੋਂ ਮਰਜ਼ੀ ਕੇਸ ਵੱਧਦੇ ਆ ਸਾਨੂੰ ਟੈਲੀਫੋਨ 50 ਥਾਂ ਕਰਨੇ ਪੈਂਦੇ ਵੀ ਯਾਰ ਬੈੱਡ ਦੇ ਦਿਓ ਇਲਾਜ ਦਾ ਕੋਈ ਪ੍ਰਬੰਧ ਵਾਲੇ ਪਾਸੇ ਤੁਸੀਂ ਧਿਆਨ ਨਹੀਂ ਦਿੱਤਾ ਆਕਸੀਜਨ ਵਾਲੇ ਪਾਸੇ ਪ੍ਰਬੰਧ ਆ ਤੁਸੀਂ ਕੋਈ ਜਿਹੜਾ ਤੁਹਾਡਾ ਬੰਦਾ ਸੀ ਉਹ ਧਿਆਨ ਨਹੀਂ ਕੀਤਾ ਅਤੇ ਸਾਰਾ ਜ਼ੋਰ ਕਿਹੜੇ ਤੋਂ ਰਹਿੰਦਾ ਆਹ ਦੁਕਾਨ ਬੰਦ ਕਰਾ ਦਿਓ ਆਹ ਦੁਕਾਨ ਖੋਲ੍ਹ ਦਿਓ ਆਹ ਦੁਕਾਨ ਬੰਦ ਕਰ ਦਿਓ ਇਹਦੇ ਨਾਲ ਕੀ ਫਰਕ ਪਊਗਾ। ਵੈਕਸੀਨੇਸ਼ਨ ਤੁਹਾਡੀ ਕੱਲ੍ਹ ਹੈਲਥ ਮਿਨਿਸਟਰ ਦਾ ਬਿਆਨ ਸੀ ਵੀ ਇੱਕ ਦਿਨ ਦੀ ਰਹਿ ਗਈ ਕਿਉਂ ਨਹੀਂ ਵੈਕਸੀਨੇਸ਼ਨ ਦਾ ਉੱਤੇ ਧਿਆਨ ਦਿੱਤਾ ਗਿਆ ਜੇ ਰਸ਼ੀਆ ਦੇ ਨਾਲ ਸਮਝੌਤਾ ਕਰਨਾ ਸੀ ਵੈਕਸੀਨ ਦਾ ਤਾਂ ਪਹਿਲਾਂ ਕਿਉਂ ਨਹੀਂ ਕੀਤਾ ਇੰਨੇ ਮਹੀਨੇ ਹੋ ਗਏ ਰਸ਼ੀਆ ਸਾਰਾ ਲਾ ਕੇ ਵਿਹਲਾ ਹੋ ਗਿਆ ਤੁਸੀਂ ਇਸੇ ਈਗੋ 'ਚ ਰਹੇ ਕਿ ਅਸੀਂ ਆਪਣਾ ਬਣਾਵਾਂਗੇ ਅਤੇ ਆਪਣਾ ਕਰਾਂਗੇ ਬਿਮਾਰੀ ਦੇ ਵਿੱਚ ਜਿੱਥੋਂ ਟੀਕਾ ਮਿਲਦਾ ਹੋਵੇ ਲੈ ਕੇ ਲਾਉਣਾ ਚਾਹੀਦਾ ਨਾ ਵੈਕਸੀਨੇਸ਼ਨ 'ਤੇ ਧਿਆਨ ਨਾ ਹਸਪਤਾਲਾਂ ਦੇ ਵਿੱਚ ਆਪਣੀ ਆਕਸੀਜਨ ਪੂਰੀ ਕਰਨ 'ਤੇ ਧਿਆਨ ਨਾ ਸਟਾਫ ਨੂੰ ਪ੍ਰੋਪਰ ਟ੍ਰੇਨਿੰਗ ਦੇਣ 'ਤੇ ਧਿਆਨ ਨਾ ਸਟਾਫ ਦੀ ਸੁਰੱਖਿਆ ਦੇ ਉੱਤੇ ਧਿਆਨ ਨਾ ਟਰਸ਼ ਦੀ ਕੇਅਰ ਦੇ ਉੱਤੇ ਧਿਆਨ ਅਤੇ ਦੱਸੋ ਕਰੋਨਾ ਕਿਤੇ ਕੰਟਰੋਲ ਹੋ ਗਿਆ।